ਡਿਪਾਰਟਮੈਂਟ ਤੋਂ ਤੁਹਾਡੇ ਸਾਰਿਆਂ ਨਾਲ ਇਸ ਕਾਲਜ ਬਾਰੇ ਆਪਣੇ ਕੁਛ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ। ਜਿੱਦਾਂ ਕਿ ਮੈਨੂੰ ਇਸ ਕਾਲਜ ਨੂੰ ਜੁਆਇਨ ਕੀਤੇ ਹਾਲੇ ਕੁਛ ਹੀ ਮਹੀਨੇ ਹੋਏ ਹੈ, ਪਰ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਕਾਲਜ ਦਾ ਇਨਵਾਇਰਮੈਂਟ ਬਹੁਤ ਹੀ ਜ਼ਿਆਦਾ ਫਰੈਂਡਲੀ ਹੈ ਅਤੇ ਬਹੁਤ ਹੀ ਜ਼ਿਆਦਾ ਕੋਪਰੇਟਿਵ ਹੈ। ਉਸ ਤੋਂ ਇਲਾਵਾ ਇਸ ਕਾਲਜ ਦੇ ਜਿਹੜੇ ਬੱਚੇ ਹੈ ਉਹ ਬਹੁਤ ਹੀ ਜ਼ਿਆਦਾ ਸਿੰਸੀਅਰ ਅਤੇ ਇੰਟੈਲੀਜੈਂਟ ਹਨ। ਉਸ ਇੱਕ ਹੋਰ ਇਸ ਕਾਲਜ ਦੀ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਿ ਇਹ ਕਾਲਜ ਟਾਈਮ ਟੂ ਟਾਈਮ ਡਿਫਰੈਂਟ ਐਕਟੀਵਿਟੀਜ਼ ਕਰਾ ਕੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਅਲੱਗ ਅਲੱਗ ਚੀਜ਼ਾਂ 'ਚ ਇੰਗੇਜ ਕਰਕੇ ਉਹਨਾਂ ਦੇ ਟੈਲੈਂਟ ਨੂੰ ਹੋਰ ਵਧਾਉਂਦਾ ਹੈ। ਅਤੇ ਇੱਕ ਹੁਣ ਹੀ ਸਾਡੇ ਕਾਲਜ ਨੇ ਸਪੈਕਟਰਾ 2019 ਜਿਹੜਾ ਕਿ ਸਾਇੰਸ ਡਿਪਾਰਟਮੈਂਟ ਨੇ ਔਰਗਨਾਈਜ਼ ਕੀਤਾ ਸੀਗਾ, ਉਹਦੇ ਵਿੱਚ ਮੈਨੂੰ ਵਰਕਿੰਗ ਮਾਡਲ ਅਤੇ ਸਟੈਟਿਕ ਮਾਡਲ ਦਾ ਇੰਚਾਰਜ ਬਣਾਇਆ ਗਿਆ ਸੀਗਾ। ਅਤੇ ਉਸ ਇਵੈਂਟ ਦੇ ਵਿੱਚ ਬੱਚਿਆਂ ਨੇ ਇੰਨੇ ਵਧੀਆ ਤਰੀਕੇ ਨਾਲ ਆਪਣੇ ਮਾਡਲਸ ਬਣਾਏ ਸੀ ਜਿਹਦੇ ਵਿੱਚ ਕਿ ਸਾਨੂੰ ਵੀ ਸਿੱਖਣ ਨੂੰ ਬਹੁਤ ਕੁਛ ਮਿਲਿਆ। ਅਤੇ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਸ ਕਾਲਜ ਨੂੰ ਸਰਵ ਕਰਦੇ ਹੋਏ ਬਹੁਤ ਹੀ